ਤਿਉਹਾਰ ਨਵੀਆਂ ਉਮੰਗਾਂ ਅਤੇ ਖੁਸ਼ੀਆਂ ਨਾਲ ਸਾਡੇ ਵਿਹੜੇ 'ਚ ਦਸਤਕ ਦਿੰਦੇ ਨੇ ਅਤੇ ਇਹ ਤਿਉਹਾਰ ਸਾਡੇ ਵਿਹੜੇ ਖੁਸ਼ੀਆਂ ਸਿਰਫ ਉਹਨਾਂ ਦੀ ਬਦੌਲਤ ਹੀ ਲੈ ਕੇ ਆਉਂਦੇ ਨੇ ਜੋ ਸਾਡੇ ਹਿੱਤਾਂ ਦੀ ਰਾਖੀ ਕਰਨ ਸਰਹੱਦ 'ਤੇ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹੁੰਦੇ ਨੇ। ਜਿਸ ਵਕਤ ਅਸੀਂ ਸਾਰੇ ਆਪਣੇ ਘਰਾਂ 'ਚ ਦੀਵਾਲੀ ਦੇ ਦੀਵੇ ਜਗਾ ਰਹੇ ਹੁੰਦੇ ਹਾਂ, ਉਸ ਵਕਤ ਫੌਜੀ ਜਵਾਨ ਸਾਡੀ ਪੀੜ ਨੂੰ ਆਪਣੇ ਪਿੰਡੇ 'ਤੇ ਹੰਢਾਰੇ ਹੁੰਦੇ ਨੇ। ਇਸੇ ਲਈ ਪਠਾਨਕੋਟ 'ਚ ਫੌਜੀ ਨੌਜਵਾਨਾਂ ਦੇ ਮਨੋਬਲ ਨੂੰ ਵਧਾਉਣ ਅਤੇ ਉਹਨਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ, ਸ਼ਹੀਦ ਸੁਰੱਖਿਆ ਪਰਿਸ਼ਦ ਦੇ ਨਾਲ ਅਤੇ ਸ਼ਹੀਦਾਂ ਦੇ ਪਰਿਵਾਰ ਨਾਲ ਮਿਲ ਕੇ ਪਠਾਨਕੋਟ ਦੇ ਬਮਿਆਲ ਸੈਕਟਰ 'ਚ ਸੀਮਾ 'ਤੇ ਤੈਨਾਤ ਜਵਾਨਾਂ ਨਾਲ ਦੀਵਾਲੀ ਮਨਾਈ ਗਈ। ਖਾਸ ਕਰਕੇ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਸਪੁੱਤ ਦੇਸ਼ ਤੋਂ ਕੁਰਬਾਨ ਕਰ ਦਿੱਤੇ, ਉਹਨਾਂ ਸ਼ਹੀਦ ਜਵਾਨਾਂ ਦੀ ਯਾਦ ਨੂੰ ਬਰਕਰਾਰ ਰੱਖਿਆ ਅਤੇ ਨਾਲ ਹੀ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨ ਦੇ ਪਿਤਾ ਨੇ ਵੀ ਫੌਜੀ ਜਵਾਨਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ। ਇਸ ਮੌਕੇ ਮਠਿਆਈਆਂ ਵੀ ਵੰਡੀਆਂ ਗਈਆਂ ਅਤੇ ਪਟਾਕੇ ਵੀ ਚਲਾਏ ਗਏ ਨੇ। ਸਾਰਿਆਂ ਨੇ ਹੱਥਾਂ 'ਚ ਤਿਰੰਗਾ ਫੜ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਾਏ ਨੇ। ਇਸ ਮੌਕੇ ਗੱਲ ਕਰਦਿਆਂ ਸੁਰੱਖਿਆ ਪਰਿਸ਼ਦ ਦੇ ਪ੍ਰਧਾਨ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਇੱਥੇ ਆ ਕੇ ਫੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾ ਕੇ ਉਹਨਾਂ ਨੂੰ ਬਹੁਤ ਹੀ ਚੰਗਾ ਲੱਗਿਆ। ਸੰਸਕ੍ਰਿਤੀ ਸਭ ਤੋਂ ਬਹੁਮੁੱਲ ਸੰਸਕ੍ਰਿਤੀ ਹੈ, ਜਹਾਂ ਪੇ ਹਰ ਤਿਉਹਾਰ ਬੜਾ ਹੰਸੀ ਖੁਸ਼ੀ ਮਨਾਇਆ ਜਾਤਾ ਹੈ, ਲੇਕਿਨ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਰੋਸ਼ਨੀਓ ਕਾ ਤਿਉਹਾਰ ਦੀਪਾਵਲੀ। ਔਰ ਹਮਾਰੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਪਿਛਲੇ 10 ਵਰਸ਼ੋਂ ਸੇ ਆਪਣੇ ਇਹ ਤਿਉਹਾਰ ਬਾਰਡਰ ਕੇ ਉਨ ਸੀਮਾ ਪ੍ਰਹਿਰੀਓਂ ਕੇ ਸਾਥ ਮਿਲਕਰ ਮਨਾਤੇ ਹੈ, ਜੋ ਆਪਣੇ ਘਰੋਂ ਸੇ ਹਜ਼ਾਰੋਂ ਮੀਲ ਦੂਰ ਹੈ, ਤਾਂ ਕਿ ਦੇਸ਼ ਵਾਸੀ ਸੁਰੱਖਿਅਤ ਦੀਵਾਲੀ ਮਨਾ ਸਕੇ, ਕਿਉਂਕਿ ਇਹ ਹੈ ਤੋ ਦੇਸ਼ ਹੈ, ਸਹੀ ਮੈਨੋ ਮੇਂ ਜੇ ਹਮਾਰੇ ਤਿਉਹਾਰੋਂ ਕੇ ਰਖਵਾਲੇ ਹੈਂ। ਆਜ ਹਮ ਸ਼ਹੀਦ ਕਰਨਲ ਕੇ ਐਲ ਗੁਪਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇ ਜੋ ਸਟੂਡੈਂਟ ਹੈ, ਬੱਚੋਂ ਕੋ ਵੀ ਸਾਥ ਲੈ ਕੇ ਆਏ ਹੈ, ਤਾਂ ਕਿ ਬੱਚੋਂ ਕੋ ਵੀ ਮੋਟੀਵੇਸ਼ਨ ਮਿਲੇ ਕਿ ਇਹ ਹਮਾਰੇ ਰੀਲ ਹੀਰੋ ਹੈ, ਹਮਾਰੇ ਸੀਮਾ ਪ੍ਰਹਿਰੀ। ਜਬ ਵੀ ਕੋਈ ਤਿਉਹਾਰ ਆਤਾ ਹੈ, ਇਨਕੀ ਡਿਊਟੀ ਔਰ ਵੀ ਸਖਤ ਹੋ ਜਾਤੀ ਹੈ, ਤਾਂ ਕਿ ਦੇਸ਼ਵਾਸੀ ਜੋ ਹੈ ਆਪਣੇ ਤਿਉਹਾਰ ਹੰਸੀ ਖੁਸ਼ੀ ਔਰ ਸੁਰੱਖਿਅਤ ਮਨਾ ਸਕੇ। ਮੈਂ ਆਪਣੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਕੀ ਔਰ ਸੇ ਆਪਣੇ ਸਭੀ ਭਾਈਓਂ ਕਾ, ਆਪਣੇ ਸੀਮਾ ਪ੍ਰਹਿਰੀ ਭਾਈਓਂ ਕਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਔਰ ਈਸ਼ਵਰ ਸੇ ਪ੍ਰਾਰਥਨਾ ਕਰਤਾ ਹੂੰ ਕਿ ਇਹ ਸੁਰੱਖਿਅਤ ਰਹੇ, ਦੇਸ਼ ਕੀ ਸਰਹੱਦੇ ਸੁਰੱਖਿਅਤ ਰਹੇ, ਇਨਕਾ ਪਰਿਵਾਰ ਸੁਰੱਖਿਅਤ ਰਹੇ। ਆਜ ਹਮਨੇ ਦੀਵਾਲੀ ਮਨਾ ਕਰ ਜੇ ਆਪਣੇ ਘਰੋਂ ਸੇ ਹਜ਼ਾਰੋਂ ਮੀਲ ਦੂਰ ਹੈ, ਹਮਾਰੀ ਟੀਮ ਨੇ ਯਹਾਂ ਪਰ ਆਕਰ ਇਨਕਾ ਮਨੋਬਲ ਬੜਾ ਹੈ, ਤਾਂ ਕਿ ਇਹਨੇ ਆਪਣੇ ਪਰਿਵਾਰ ਕੀ ਜੋ ਹੈ ਕਮੀ ਮਹਿਸੂਸ ਨਾ ਹੋਣੇ ਦੇ। ਮੈਂ ਸਮੂਹ ਦੇਸ਼ ਵਾਸੀਓਂ ਸੇ ਅਪੀਲ ਕਰਤਾ ਹੂੰ ਕਿ ਦੀਪਾਵਲੀ ਆ ਰਹੀ ਹੈ, ਦੀਪਾਵਲੀ ਪੂਰਾ ਦੇਸ਼ ਮਨਾ ਰਹਾ ਹੈ, ਲੇਕਿਨ ਦੀਪਾਵਲੀ ਕਾ ਪਹਿਲਾ ਦੀਆ ਦੇਸ਼ ਕੇ ਉਨ ਸ਼ਹੀਦੋਂ ਕੇ ਨਾਮ ਪੇ ਜਲਾਇਆ ਜਾਏ, ਜਿਨ ਸ਼ਹੀਦੋਂ ਨੇ ਦੇਸ਼ ਕੇ ਆਨੇ ਵਾਲੇ ਕੱਲ ਕੇ ਲੀਏ ਆਪਣਾ ਆਜ ਕੁਰਬਾਨ ਕਰ ਦਿਆ, ਜਿਨ ਕੀ ਬਦੌਲਤ ਦੇਸ਼ ਜੋ ਹੈ ਸੁਰੱਖਿਅਤ ਦੀਵਾਲੀ ਮਨਾ ਪਾ ਰਹਾ ਹੈ। ਧੰਨਵਾਦ। ਜੈ ਹਿੰਦ, ਜੈ ਭਾਰਤ। ਬਮਿਆਲ ਸੀਮਾ 'ਤੇ ਤੈਨਾਤ ਫੌਜੀ ਜਵਾਨਾਂ ਨੇ ਦੀਵਾਲੀ ਮਨਾਏ ਜਾਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਉਹਨਾਂ ਦਾ ਮਨੋਬਲ ਇਸੇ ਨਾਲ ਬਹੁਤ ਉੱਚਾ ਹੋਇਆ। ਹਮਾਰੇ ਜਵਾਨੋਂ ਕਾ ਔਰ ਹਮਾਰਾ ਬਹੁਤ ਮਨੋਬਲ ਉੱਪਰ ਉੱਠਾ ਹੈ ਔਰ ਹਮੇਂ ਆਪਣੇ ਪਰਿਵਾਰ ਕੀ ਕਮੀ ਨਹੀਂ ਇਹਨਾਂ ਨੇ ਮਹਿਸੂਸ ਹੋਣੀ ਦੀ, ਤੋ ਮੈਂ ਸਭੀ ਹਮਾਰੇ ਸ਼ਹੀਦ ਹੋਏ ਜਵਾਨੋਂ ਕੇ ਪਰਿਵਾਰੋਂ ਕੋ ਬਹੁਤ ਧੰਨਵਾਦ ਕਰਤਾ ਹੂੰ ਕਿ ਹਮਾਰੇ ਜਵਾਨੋਂ ਕੇ ਸਾਥ ਇਹਨਾਂ ਨੇ ਦੀਵਾਲੀ ਮਨਾਈ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਿੰਦਰ ਸਿੰਘ ਦੇ ਪਿਤਾ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਭਾਵਕ ਹੁੰਦੇ ਕਿਹਾ ਕਿ ਮੈਨੂੰ ਇੰਝ ਲੱਗ ਰਿਹਾ ਕਿ ਜਿਵੇਂ ਮੇਰਾ ਪੁੱਤ ਵੀ ਇਹਨਾਂ ਜਵਾਨਾਂ ਨਾਲ ਡਿਊਟੀ ਦੇ ਰਿਹਾ ਹੋਵੇ। ਮੈਂ ਸਤਪਾਲ ਅਤਰੀ, ਸ਼ਹੀਦ ਮਨਿੰਦਰ ਸਿੰਘ ਦਾ ਡੈਡੀ ਹੈ, ਪੁਲਵਾਮਾ, ਅਤੇ ਜਿਹੜਾ ਕਿ 14 ਫਰਵਰੀ ਨੂੰ ਪੁਲਵਾਮਾ ਬਸਤੀ ਅਟੈਕ 'ਤੇ ਜਿਹੜਾ ਸ਼ਹੀਦ ਹੋਇਆ ਸੀਗਾ, ਤੋ ਮੈਂ BSF 'ਤੇ ਹੈੱਡਕੁਆਟਰ 'ਤੇ ਇੱਥੇ ਬੰਬਿਆਲ ਦੇ ਲਾਗੇ ਆਇਆ ਹੈਗਾ ਚੈੱਕ ਪੋਸਟ 'ਤੇ, ਉਹ ਇਹਨਾਂ ਫੌਜੀਆਂ ਨੂੰ ਦੇਖ ਕੇ ਮੈਨੂੰ ਇੱਦਾਂ ਹੀ ਲੱਗਦਾ ਕਿ ਜਿਹੜਾ ਮੇਰਾ ਬੱਚਾ ਵੀ ਇਹਨਾਂ ਵਿੱਚ ਡਿਊਟੀ ਦੇ ਰਿਹਾ ਹੈਗਾ, ਤੋ ਇਹ ਦੇਸ਼ ਦੇ ਪਰਿਵਾਰ ਹੀ ਹਨ ਔਰ ਇਹ ਸਾਡੀ ਸੀਮਾ ਨੂੰ ਸੁਰੱਖਿਅਤ ਰੱਖਣਗੇ, ਤੋ ਇਹ ਉਮੀਦ ਕੀਤੀ ਜਾਂਦੀ ਹੈਗੀ ਹੈ। ਤੋ ਮੇਰਾ ਜ਼ਖਮ ਤਾਂ ਬਿਲਕੁਲ ਵੀ ਅਜੇ ਨਇਆ ਹੀ ਹੈ, ਪਰ ਫਿਰ ਵੀ ਮੈਂ ਇਹਨਾਂ ਵਿੱਚ ਆ ਕੇ ਮੈਨੂੰ ਹੌਸਲਾ ਵਧਿਆ
ਕਿ ਮੇਰੇ ਹੀ ਬੱਚਿਆਂ ਦੀ ਤਰ੍ਹਾਂ ਇਹ ਬੱਚੇ ਆ ਬਾਰਡਰ 'ਤੇ ਰੱਖਿਆ ਕਰ ਰਹੇ ਨਾ, ਤਾਂ ਹਿੰਦੁਸਤਾਨ ਇਹਨਾਂ ਦੇ ਸਿਰ 'ਤੇ ਕਾਇਮ ਹੈ, ਤਾਂ ਅਸੀਂ ਲੋਕ ਇਹਨਾਂ ਦੇ ਸਿਰ 'ਤੇ ਕਾਇਮ ਹੋਏ ਹਾਂ। ਇਹ ਕਹਿੰਦੇ ਹੋਏ ਮੈਂ ਖਤਮ ਕਰ ਦਾਂਗਾ। ਜੈ ਹਿੰਦ, ਜੈ ਭਾਰਤ। ਸੱਚਮੁੱਚ ਸਾਡੇ ਬਨੇਰਿਆਂ ਅਤੇ ਖੁਸ਼ੀਆਂ ਦੇ ਦੀਵੇ ਇਹਨਾਂ ਫੌਜੀ ਜਵਾਨਾਂ ਦੇ ਬਲੀਦਾਨ ਕਰਕੇ ਹੀ ਜਗਦੇ ਨੇ, ਜੋ ਤਿਉਹਾਰਾਂ 'ਚ ਵੀ ਆਪਣੇ ਪਰਿਵਾਰਾਂ ਤੋਂ ਦੂਰ ਸਰਹੱਦਾਂ 'ਤੇ ਦੇਸ਼ ਦੀ ਖੈਰ ਲਈ ਸੀਨਾ ਤਾਣ ਕੇ ਖੜ੍ਹੇ ਰਹਿੰਦੇ ਨੇ। ਅਜਿਹੇ 'ਚ ਫੌਜੀ ਜਵਾਨਾਂ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।